ਆਪਾਂ ਹੈ ਨਾ ਤਿੰਨ ਕਬੂਤਰ ਦੇ, ਪੰਜ ਹਾਂਜੀ ਮਾਦੀਆਂ ਤਿੰਨ ਕਬੂਤਰ ਦੇਖ ਲਏ ਜੇ, ਹਾਂਜੀ ਓਕੇ ਹੋ ਗਿਆ। ਅਸਲਾਮੁ ਅਲੈਕਮ ਜੀ, ਸਾਕੀ ਆਟੇ ਚੱਕੀ ਵਾਲੇ ਦੀ ਛੱਤ ਜੀ। ਇੱਕ ਇੱਕ ਕਬੂਤਰ, ਦੋ ਆ ਜਾਮਨੂ ਰੰਗ ਲੱਗਾ, ਇਹ ਛਿਆਂ ਵਾਲੇ 'ਚ ਆ। ਆ ਦੂਸਰਾ ਜਾਮਨੂ ਪੋਟਾ ਰੰਗ ਲੱਗਾ, ਇਹ ਵੀ ਛਿਆਂ ਵਾਲੇ 'ਚ ਆ। ਠੀਕ ਹੈ ਜੀ, ਨਹੀਂ ਛਿਆਂ ਵਾਲੇ 'ਚ ਆ, ਛਿਆਂ ਵਾਲੇ 'ਚ ਨਹੀਂ ਹੈਗਾ, ਇਹ ਅੱਠਾਂ ਵਾਲੇ 'ਚ ਆ। ਠੀਕ ਆ ਜੀ, ਇੱਕ ਦੋ ਤਿੰਨ, ਠੀਕ ਆ ਜੀ, ਚਾਰ ਪੰਜ ਛੇ ਸੱਤ ਅਤੇ ਆ ਅੱਠ, ਠੀਕ ਹੋ ਗਿਆ ਜੀ। ਆਹ ਬੱਚਾ ਜਿਹੜਾ ਭੜਕਾਇਆ, ਇਹਦੇ ਛੱਤ ਦੇ ਉੱਪਰ ਰੰਗ ਲਾਇਆ ਜੀ, ਜਾਮੂ ਉੱਪਰਲੀ ਸਾਈਡ। ਹਾਂ ਉਹ ਮੈਂ ਕਹਿ ਦਿੰਦਾ, ਆਹ ਬੱਚੇ ਦੇ ਉੱਪਰ ਪੋਟਾ ਰੰਗ ਲੱਗਾ, ਠੀਕ ਹੋ ਗਿਆ ਜੀ। ਇਹਦੇ ਵਿੱਚ ਛੱਤ ਦੇ ਲਾਇਆ। ਆਹ ਦੋ ਕਬੂਤਰ ਜੀ, ਛਿਆਂ ਵਾਲੇ 'ਚ ਨਹੀਂ ਹੈਗੇ, ਆ ਜਾਮੂ ਰੰਗ ਦੇ, ਇੱਕ ਅਤੇ ਦੂਜੇ ਦੇ, ਠੀਕ ਆ ਜੀ। ਆਹ ਦੂਸਰੇ ਦੇ ਵੀ ਬੱਚੇ ਦੇ, ਇਹ ਛਿਆਂ ਵਾਲੇ 'ਚ ਨਹੀਂ ਹੈਗਾ ਜੀ, ਇਹ ਅੱਠਾਂ ਵਾਲੇ 'ਚ, ਠੀਕ ਹੋ ਗਿਆ ਜੀ। ਓਕੇ, ਅੱਛਾ ਜੀ, ਮੁਨਸਿਪਾਲ ਦੀ ਵੀਡੀਓ ਲੈ ਲਈ ਜੀ। ਭਾਅ ਜੀ ਤੁਸੀਂ ਕਿਹੜੀ ਛੱਤ ਤੋਂ ਆਏ ਜੀ? ਮਲਕ ਫਰੋਕ। ਤੁਸੀਂ ਭਾਅ? ਮੈਂ ਜੀ ਉਸਤਾਦ ਅਮਰ ਬਾਸ ਤੋਂ। ਠੀਕ ਹੋ ਗਿਆ, ਠੀਕ ਹੋ ਗਿਆ, ਸ਼ੁਕਰੀਆ। ਠੀਕ ਹੋ ਗਿਆ, ਇਹਦੇ ਵੀ ਕਿਤੇ ਨਹੀਂ ਰੰਗ ਲੱਗਾ, ਇਹ ਵੀ ਅੱਠਾਂ ਅੱਠਾਂ ਨੇ ਜੀ। ਇਹਦੇ ਵੀ ਮੋਢੇ ਤੇ ਨਹੀਂ ਲੱਗਾ, ਪੋਟੇ ਤੇ ਲੱਗਾ, ਮਤਲਬ ਛਿੱਲੇ ਵਾਲੇ ਪੰਜਾਂ ਪੰਜਾਂ ਵਾਲੇ ਕੰਮ ਵਾਲੇ। ਛੇ ਹੋ ਗਏ ਨਾ ਭੂਆ ਜੀ ਟੋਟਲ, ਬੰਦ ਕਰ ਦੇ ਵੀਡੀਓ। ਇੱਕ ਮਾਦੀ ਹੈਗੀ ਆ, ਸਟਾਪ ਕਰ ਲਈ, ਬੰਦ ਕਰ ਦੇ, ਅਗਲੀ ਟੋਟਾ ਲਾਣਾ। ਇਹਦੇ ਪੋਟੇ ਤੇ ਨਹੀਂ ਲਾਇਆ, ਲਾਨੇ ਲਾਇਆ ਵੀ, ਆਹ ਮੋਹ ਲੱਗ ਗਈ, ਆਹ ਮੋਢੇ ਤੇ ਲੱਗਾ, ਆਹ ਪੋਟੇ ਤੇ ਲੱਗਾ। ਇਹ ਵਿਕਾਸ ਜੱਟ ਵਾਲੇ ਤਿੰਨਾਂ ਵਾਲੇ ਕੱਪ 'ਚ ਵੀ ਆ, ਮਤਲਬ ਛਿੱਲੇ ਵਾਲੇ ਪੰਜਾਂ 'ਚ ਵੀ ਆ। ਇਹ ਸਾਡੇ ਪੰਜ ਪੂਰੇ ਹੋ ਗਏ, ਤਿੰਨ ਵੀ ਪੂਰੇ ਹੋ ਗਏ, ਠੀਕ ਹੋ ਗਿਆ। ਹੁਣ ਉੱਦਾਂ ਟੋਟਲ ਹੈਗੇ ਆ ਛੇ ਨਰ ਦੋ ਮਾਦੀਆਂ, ਛੇ ਨਰ ਦੋ ਮਾਦੀਆਂ, ਆ ਇੱਕ ਮਾਦੀ ਰਹਿ ਗਈ। ਵਿਕਾਸ ਜੱਟ ਵਾਲੇ ਕੱਪ ਦੇ ਵਿੱਚ ਇਹਨਾਂ ਦੇ ਪੋਟੇ ਤੇ ਰੰਗ ਲੱਗਾ ਤੇ ਮੋਢਿਆਂ ਤੇ ਲੱਗਾ। ਆ ਤਿੰਨਾਂ ਦੇ ਮੋਢਿਆਂ, ਜਿਨ੍ਹਾਂ ਦੇ ਮੋਢਿਆਂ ਤੇ ਰੰਗ ਲੱਗਾ ਨਾ, ਇਹ ਸਾਡੇ ਵਿਕਾਸ ਜੱਟ ਵਾਲੇ ਤਿੰਨਾਂ ਤਿੰਨਾਂ ਵਾਲੇ ਕੱਪ ਦੇ ਵਿੱਚ ਹੈਗੇ ਨੇ, ਠੀਕ ਹੈ। ਤੇ ਆਹ ਟੋਟਲ ਲਾਉਂਦੇ ਆ ਸਾਨੂੰ ਪੰਜ, ਮਤਲਬ ਛਿੱਲੇ ਵਾਲੇ ਕੱਪ ਦੇ ਵਿੱਚ ਹੈ, ਜਿਨ੍ਹਾਂ ਦੇ ਪੋਟਿਆਂ ਦੇ ਲੱਗਾ ਜਾਮ ਨਹੀਂ ਰੰਗ, ਇਹਨਾਂ ਵਿੱਚੋਂ ਹੀ ਮਤਲਬ ਛਿੱਲੇ ਵਾਲੇ ਕੱਪ ਦੇ ਵਿੱਚ ਨੇ ਸਾਡੇ ਪੰਜ ਨਾਲ। ਉਹੀ ਆ ਸਾਡੇ ਟੋਟਲ ਅੱਠ ਜਾਨਵਰ ਨੇ ਜਿਹੜੇ ਸਾਰੇ ਕੱਪਾਂ 'ਚ ਉੱਡ ਰਹੇ ਨੇ। ਇੱਕ ਉਹ ਜ਼ੀਰਾ, ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ, ਛੇ ਨਰ ਨੇ ਜੀ ਤੇ ਦੋ ਮਾਦੀਆਂ ਨੇ। ਚੱਲ ਬੁਕਰ ਹੋਰ ਲਵਾਏ ਬੋਲ, ਇਹਦੇ ਮੋਢੇ ਤੇ ਲੱਗਾ ਭਾਈ ਰੰਗ ਤੇ ਪੋਟੇ ਤੇ ਲੱਗਾ। ਜਿਨ੍ਹਾਂ ਦੇ ਮੋਢਿਆਂ ਤੇ ਲੱਗਾ ਨਾ, ਇਹ ਵਿਕਾਸ ਜੱਟ ਵਾਲਾ ਕੱਪ ਆ, ਤਿੰਨ ਤਿੰਨ ਕਬੂਤਰਾਂ ਵਾਲਾ, ਇਹ ਉਹਨਾਂ 'ਚੋਂ ਆ। ਤੇ ਪੋਟੇ ਤੇ ਲੱਗਾ ਮਲਕ ਛਿੱਲੇ ਦਾ, ਪੰਜਾਂ ਪੰਜਾਂ ਵਾਲਾ ਕੱਪ ਉੱਡ ਰਿਹਾ, ਉਹਦੇ ਵਿੱਚ ਵੀ ਹੈ। ਇਹਦੇ ਇਕੱਲਾ ਪੋਟੇ ਤੇ ਲੱਗਾ ਵਾ, ਇਹ ਸਾਡਾ ਮਲਕ ਛਿੱਲੇ ਦੇ ਕੱਪ ਦੇ ਵਿੱਚ ਆ ਪੰਜਾਂ ਪੰਜਾਂ ਵਾਲੇ 'ਚ। ਇਹਦੇ ਪੁੰਛ ਤੇ, ਇਹਦੇ ਪੁੰਛ ਤੇ ਕੁੱਟ ਕੇ ਲਾ ਦੇ।
वकाश जट आले कप तिना आले च भी मलक शीले आले च पंजा आले च भी साडा नीवी दा साडा नीवी दा कबूतर है कितने रंग नहीं लगा ये अठा अठा आले च उड़ रहे हैं जी है माशाल्लाह जी जोजी भवान के सत कबूतर आ जी सत कबूतर पांच कबूतर के पोटे रंग लगे मतलब शकील वाले कप के बेच है जी एक नीवी वाला चार उची है जी। अस्सलाम वालेकुम जी उस्ताद रेहान राजे वाले दे अठ कबूतर है जी आ दो मादियां वा पांच छे नर आ दो नीवी दे आ साडे मुनसिफ आए जी चाचा जी चौधरी अशफ जट वालों चाचा जी मोहरां लग गई हैं कोई मसला मसायल जी कोई मसायल नहीं ओके हो गया जी सारा कुछ कोई तंगी नहीं है जी चलो जी ओके जी अस्सलाम वालेकुम जी अस्सलाम वालेकुम जी सारे दोस्तों करों जी अकबर दही भले वाले जी ते बाबर मलक दही भले वाले साहब जी उन्होंने जी चलो सात आठ पिंडे केसर डेरिया कबूतर है जी दो नीवी एक चिट्टी अखा ला एक पील अखा ठीक है इन्हों में एक मादी है तो सत नर आ मादी है आ चाचू ने मुनसब आया कि छत आए जी पीले बाड़ी छत आए जी ठीक हो गए एक मादी नर 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 मादा अभी नर चल भी अच्छी टाइम हो गया वा मार दे मार दे झंडी बस ठीक है तीन छे तीन